पंजाब सरकार वालों कोरोना महामारी दौरान जरूरतमंद लोगों नूं दित्ती जाण वाली कणक ना खाण योग। जदों कणक पहुंची पिंड बंगा दे डीपू ते तां लोकां वालों उल्ली लगी ते गली सड़ी कणक देख के कणक लैण तों कीता इनकार अते पंजाब सरकार दे खिलाफ भी कीती नारेबाजी। ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਰਮੇਸ਼ ਜੀ ਮੈਂ ਨਾਮ ਕਿਹੜਾ ਪਿੰਡ ਹੈ ਜੀ ਬੰਗਾ ਜੀ ਕਣਕ ਜੀ ਬੜੀ ਖਰਾਬ ਹੈ ਜੀ ਜਿਹੜੀ ਕਣਕ ਹੈ ਜੀ ਇਹ ਤਾਂ ਡੰਗਰਾਂ ਦੇ ਖਾਣ ਦੀ ਵੀ ਨਹੀਂ ਹੈਗੀ ਜੀ ਲਾਇਕ ਜੀ ਕੀ ਮੰਗ ਕਰਦੇ ਹੋ ਇਸ ਸੰਬੰਧੀ ਵੀ ਕਣਕ ਕਹੀ ਮਿਲਣੀ ਚਾਹੀਦੀ ਕਣਕ ਸਾਫ਼ ਸੁਥਰੀ ਆਉਣੀ ਚਾਹੀਦੀ ਹੈ ਜੀ ਬਸ ਇਹੀ ਮੰਗ ਕਰਦੇ ਹੋ ਹੋਰ ਕੀ ਵੀ ਇਹ ਬੰਦਿਆਂ ਨੇ ਖਾਣੀ ਡੰਗਰਾਂ ਦੇ ਖਾਣੀ ਨਹੀਂ ਹੈਗੀ ਜੀ ਬੰਚ ਮੁਖਤਿਆਰ ਸਿੰਘ ਜੀ ਕਿਸ ਤਰੀਕੇ ਦੀ ਕਣਕ ਆਈ ਹੈ ਜੋ ਪਿੰਡ ਦੇ ਜੋ ਅੱਜ ਪਿੰਡ ਵਿੱਚ ਕਣਕ ਆਈ ਹੈ ਇਹ ਮਤਲਬ ਚੰਗੇ ਦਰਜੇ ਦੀ ਨਹੀਂ ਹੈ ਉੱਲੀ ਲੱਗੀ ਹੋਈ ਹੈ ਅਤੇ ਖਰਾਬ ਕਣਕ ਹੈ ਜੋ ਕਿ ਮਤਲਬ ਖਾਣ ਦੇ ਯੋਗ ਨਹੀਂ ਹੈ। ਕਿੰਨੇ ਕੀ ਹੋਈ ਹੈ ਇੰਸਪੈਕਟਰ ਨਾਲ ਗੱਲ ਹੋਈ ਹੈ ਤੁਹਾਡੀ? ਇੰਸਪੈਕਟਰ ਨਾਲ ਗੱਲ ਹੋਈ ਸੀ, ਕਹਿੰਦੇ ਚੰਗੇ ਉਤਾਰ ਦਿਉ ਉਸ ਤਰ੍ਹਾਂ, ਅਤੇ ਥੈਲਿਆਂ ਵਿੱਚ ਤਾਂ ਇਸ ਤਰ੍ਹਾਂ ਪਤਾ ਲੱਗਦਾ ਨਹੀਂ ਚੰਗੀ ਕਿਹੜੀ ਹੈ ਮਾੜੀ ਕਿਹੜੀ ਹੈ, ਅਤੇ ਇਸ ਕਰਕੇ 7 ਥੈਲੇ ਖੋਲ੍ਹੇ ਸੀ ਉਹਨਾਂ 'ਚੋਂ ਉਹੀ ਮਤਲਬ ਸਾਰੇ ਖਰਾਬ ਨਿਕਲੇ। ਕੀ ਮੰਗ ਕਰਦੇ? ਬਸ ਇਹ ਹੈ ਕਿ ਬਦਲ ਕੇ ਸਾਨੂੰ ਚੰਗੀ ਵਧੀਆ ਕਣਕ ਦਿੱਤੀ ਜਾਵੇ। ਮੇਰਾ ਨਾਮ ਹਰਮੇਸ਼ ਚੰਦ ਬੰਸਲ ਜੀ। ਹਰਮੇਸ਼ ਚੰਦ ਬੰਸਲ ਜੀ, ਇਹ ਕਣਕ ਕਹੀ ਜੀ ਡਿਪੂ ਦੇ ਵਿੱਚ? ਕਣਕ ਜਿਹੜੀ ਅੱਜ ਆਈ ਸੀ ਨਾ ਇਹ ਬਿਲਕੁਲ ਕਾਲੀ ਸੀਗੀ, ਅਸੀਂ ਕਮ ਸੇ ਕਮ 70 ਥੈਲੇ ਤਾਰੇ ਸੀਗੇ ਥੱਲੇ, ਅਤੇ ਉਹਨਾਂ 'ਚੋਂ ਅਸੀਂ 10 ਥੈਲੇ ਖੋਲ੍ਹੇ ਸੀਗੇ, ਅਤੇ 9 ਥੈਲੇ ਉਹਨਾਂ 'ਚ ਖਰਾਬ ਬਿਲਕੁਲ ਕਾਲੇ ਅਤੇ ਇੱਕ ਸਹੀ ਸੀ। ਕੀ ਲੱਗਦਾ ਵੀ ਖਾਣ ਯੋਗ ਹੈਗੀ ਕਣਕ? ਨਹੀਂ ਖਾਣ ਯੋਗ ਨਹੀਂ ਹੈ ਜੀ। ਫਿਰ ਕਿਸੇ ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਤੁਹਾਡੀ? ਇੰਸਪੈਕਟਰ ਸਾਹਿਬ ਨਾਲ ਗੱਲ ਹੋਈ ਸੀ, ਉਹ ਕਹਿੰਦੇ ਸੀਗੇ ਵੀ ਤੁਸੀਂ ਇਹ ਸਾਰੀ ਉਤਾਰ ਲਓ ਅਤੇ ਜਿਹੜੀ ਖਰਾਬ ਆ ਉਹਨੂੰ ਇੱਕ ਸਾਈਡ 'ਤੇ ਲਾ ਦਿਉ, ਜਿਹੜੀ ਸਹੀ ਆ ਤੁਸੀਂ ਲੋਕਾਂ ਨੂੰ ਦੇ ਦਿਉ। ਇੰਸਪੈਕਟਰ ਨੇ ਇਹ ਕਿਹਾ ਸੀਗਾ ਸਾਨੂੰ ਜੀ ਵੀ ਜਿਹੜੀ ਸਾਫ਼ ਆ ਉਹ ਵੰਡ ਦਿਉ, ਜਿਹੜੀ ਖਰਾਬ ਆ ਉਹ ਅਸੀਂ ਵਾਪਸ ਲੈ ਜਾਵਾਂਗੇ ਚੱਕੇ 'ਤੇ, ਤੁਹਾਨੂੰ ਸਹੀ ਕਣਕ ਦੇ ਦੇਵਾਂਗੇ।